ਅੱਜ ਫਜ਼ਿਲਕਾ ਵਿੱਚ ਸਟੂਡੈਂਟ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਆਪਣੀਆਂ ਮੰਗਾਂ ਨਾ ਮੰਨਣ ਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਧਰਨੇ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਸਰਕਾਰ ਤੋਂ ਸਰਕਾਰੀ MR ਕਾਲਜ ਵਿਖੇ MA ਦੀ ਕਲਾਸਾਂ ਸ਼ੁਰੂ ਕਰਨ, ਕਾਲਜ ਵਿੱਚ ਰੈਗੂਲਰ ਪ੍ਰਿੰਸੀਪਲ ਲਗਵਾਉਣ, ਖਾਲੀ ਪਈਆਂ ਅਧਿਆਪਕਾਂ ਦੀ ਥਾਵਾਂ ਨੂੰ ਪੂਰਾ ਕਰਨ ਅਤੇ ਕੁੜੀਆਂ ਦੀ PhD ਤੱਕ ਦੀ ਪੜ੍ਹਾਈ ਮੁਫ਼ਤ ਕਰਨ ਆਦਿ ਸਮੇਤ ਹੋਰ ਕਈ ਮੰਗਾਂ ਕੀਤੀਆਂ। ਇਸ ਮੌਕੇ ਤੇ ਸਟੂਡੈਂਟ ਯੂਨੀਅਨ ਦੇ ਆਗੂ ਵਿਦਿਆਰਥੀਆਂ ਨੇ ਨਿਊਜ਼ ਨੰਬਰ ਦੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਉਹਨਾਂ ਵੱਲੋਂ ਪੰਜਾਬ ਪੱਧਰ ਦੇ ਸੱਦੇ ਤੇ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਅੱਗੇ ਧਰਨਾ ਲਗਾਇਆ ਗਿਆ ਹੈ। ਹਾਂਜੀ, ਕੀ ਮਸਲਾ ਜੀ, ਧਰਨਾ ਕਿਉਂ ਲਾਇਆ ਗਿਆ? ਸਾਡਾ ਮਸਲਾ ਇਹ ਹੈ ਜੀ, ਪੰਜਾਬ ਪੱਧਰੀ ਸੱਦੇ ਤਹਿਤ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਪੂਰੇ ਪੰਜਾਬ ਦੇ DC ਦਫ਼ਤਰਾਂ 'ਤੇ ਧਰਨੇ ਲਾਏ ਗਏ ਸੀ। ਅੱਜ ਅਸੀਂ ਇਸ ਫਾਜ਼ਿਲਕਾ ਦੇ ਵਿੱਚ ਵੀ ਧਰਨਾ ਲਾਇਆ। ਸਾਡੀ ਪਹਿਲੀ ਮੰਗ ਆ ਕਿ ਪੰਜਾਬ ਸਰਕਾਰ ਨੇ ਕਹੇ ਲੜਕੀਆਂ ਦੀ ਫ੍ਰੀ ਐਜੂਕੇਸ਼ਨ, ਪਰ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਉਹ ਬਜਟ ਵਿੱਚ ਕੋਈ ਪੈਸਾ ਰੱਖਿਆ ਔਰ ਲੜਕੀਆਂ ਦੀ ਫ੍ਰੀ ਐਜੂਕੇਸ਼ਨ ਨਹੀਂ ਕੀਤੀ। ਸਾਡੀ ਦੂਜੀ ਮੰਗ ਆ ਕਿ ਭਗਤ ਸਿੰਘ ਹੋਰਾਂ ਦਾ ਗੁਪਤ ਟਿਕਾਣਾ ਤੂੜੀ ਬਾਜ਼ਾਰ ਆ ਜਿਹੜਾ, ਉੱਥੇ ਇਤਿਹਾਸਕ ਇਮਾਰਤ ਵਜੋਂ ਜਿਹੜਾ ਸਰਕਾਰ ਨੇ ਐਲਾਨਿਆ, ਉਹ ਮਿਊਜ਼ੀਅਮ ਅਤੇ ਲਾਇਬ੍ਰੇਰੀ ਬਣਾਈ ਜਾਵੇ। ਲੋਕਲ ਸਾਡੀਆਂ ਮੰਗਾਂ ਨੇ ਕਿ ਕਾਲਜ 2006 ਤੋਂ ਬਾਅਦ MR ਕਾਲਜ ਦੇ ਵਿੱਚ ਰੈਗੂਲਰ ਪ੍ਰਿੰਸੀਪਲ ਨਹੀਂ ਹੈ, ਇਸ ਕਰਕੇ ਪ੍ਰਿੰਸੀਪਲ ਹਾਲਤ ਕਾਲਜ ਦੀ ਬਹੁਤ ਡਾਵਾਂਡੋਲ ਆ। ਇੱਥੇ ਰੈਗੂਲਰ 3 ਟੀਚਰ ਹੀ ਰਹਿ ਚੁੱਕੇ ਆ ਔਰ ਬਹੁਤ ਸਾਰੀਆਂ ਅਹਿਮ ਪੋਸਟਾਂ ਪੰਜਾਬੀ, ਇੰਗਲਿਸ਼, ਇਸ ਤੋਂ ਇਲਾਵਾ ਕਿ ਲਗਭਗ 8 ਦੇ ਗਰੀਬ ਪੋਸਟਾਂ ਦੇ ਖਾਲੀ ਪਈਆਂ ਜਿੱਥੇ ਕੱਚੀ ਭਰਤੀ ਵੀ ਨਹੀਂ ਕੀਤੀ ਗਈ। ਸਾਡੀ ਮੰਗ ਆ ਕਿ ਉੱਥੇ ਕੱਚੀ ਭਰਤੀ ਕੀਤੀ ਜਾਵੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਆਪਣਾ ਮੰਗ ਪੱਤਰ ਦੇਣ ਲਈ ਕਾਫੀ ਲੰਬੇ ਸਮੇਂ ਤੱਕ ਧੁੱਪ ਵਿੱਚ ਬੈਠ ਕੇ ਪ੍ਰਸ਼ਾਸਨਿਕ ਅਧਿਕਾਰੀ ਦਾ ਇੰਤਜ਼ਾਰ ਕਰਨਾ ਪਿਆ ਅਤੇ ਇਸ ਦੌਰਾਨ ਕਿਸੇ ਵੀ ਅਧਿਕਾਰੀ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਗਈ, ਜਿਸ ਕਰਕੇ ਉਹਨਾਂ ਵਿੱਚ ਕਾਫੀ ਨਿਰਾਸ਼ਾ ਵੀ ਹੈ। ਸਾਡੀ ਕੋਈ ਵੀ ਇੱਥੇ ਨਹੀਂ ਸੁਣਿਆ, ਅਸੀਂ ਬੜੀ ਦੇਰ ਹੋ ਗਈ, ਅਸੀਂ ਧੁੱਪ 'ਚ ਇੱਥੇ ਬੈਠੇ ਹਾਂ, ਆਪਣੀਆਂ ਮੰਗਾਂ ਰੱਖ ਰਹੇ ਹਾਂ, ਪਰ ਕੋਈ ਵੀ ਸਾਡਾ ਜਿਹੜਾ ਮੰਗ ਪੱਤਰ ਆ ਲੈਣ ਵਾਸਤੇ ਬਾਹਰ ਨਹੀਂ ਆਇਆ, ਅਤੇ ਮੈਨੂੰ ਤਾਂ ਲੱਗਦਾ ਸ਼ਾਇਦ ਉਹਨਾਂ ਨੇ ਰੂਹੀ ਠੂਸ ਕੇ ਅੰਦਰ ਬੈਠੇ ਨੇ, ਸਾਡੀ ਜਿਹੜੀ ਗੱਲ ਉਹਨਾਂ ਨੂੰ ਸੁਣਾਈ ਨਹੀਂ ਦੇ ਰਹੀ, ਅਤੇ ਹੁਣ ਸ਼ਾਇਦ ਸਾਨੂੰ ਆਪਣੀਆਂ ਹੱਦਾਂ ਪਾਰ ਕਰਨੀਆਂ ਹੀ ਪੈਣੀਆਂ ਨੇ। ਸਰਕਾਰ ਮੁਰਦਾਬਾਦ।